ਮਾਂ ਪਿਓ ਤੋਂ ਵੱਡਾ ਤਾਂ ਕੁਛ ਵੀ ਨਹੀਂ। ਮੈਂ ਤਾਂ ਇਹ ਅਕਸਰ ਕਹਿੰਦਾ ਹੁੰਦਾ ਵੀ ਜੋ ਵੀ ਮੈਂ ਅੱਜ ਹੈਗਾ, ਜੇ ਮੇਰੇ 'ਚ ਕਿਣਕਾ ਵੀ ਕੋਈ ਚੰਗਾ ਤਾਂ ਉਹਨਾਂ ਦਾ ਦਿੱਤਾ, ਅਤੇ ਜਿਹੜਾ ਮਾੜਾ ਉਹ ਤਾਂ ਮੈਂ ਆਪ ਕ੍ਰੀਏਟ ਕੀਤਾ ਹੋਇਆ। ਅਤੇ ਉਹਨਾਂ ਕਰਕੇ ਇਹ ਨਹੀਂ, ਬਸ ਇਹ ਚੀਜ਼ਾਂ ਤੁਸੀਂ ਹਜੇ ਬੱਚੇ ਹੋ, ਤੁਹਾਨੂੰ ਹੌਲੀ ਹੌਲੀ ਪਤਾ ਲੱਗਣਗੀਆਂ। ਇਹ ਤੁਸੀਂ ਸਾਡੇ ਕਹੇ 'ਤੇ ਮੰਨੀਆਂ ਨੇ, ਅਸੀਂ ਤੁਹਾਡੀਆਂ ਸਾਰੀਆਂ ਮੰਨੀਆਂ ਨੇ। ਉਹ ਇੱਦਾਂ ਸੀਗੀ ਪਾਪਾ ਨਾਲ, ਮਤਲਬ ਉਹ ਚੀਜ਼ਾਂ ਦਾ ਡਰ ਜ਼ਰੂਰ ਹੁੰਦਾ ਸੀ ਉਹਨਾਂ ਦਾ, ਹੈ ਨਾ। ਉਹ ਹੁਣ ਵੀ ਹੈਗਾ, ਉਹ ਇੱਦਾਂ ਹੀ ਰਹਿਣਾ, ਮਤਲਬ ਜਿਵੇਂ ਜਿਹੜਾ ਬਾਪੂ ਦਾ ਰੋਹਬ ਹੁੰਦਾ ਉਹ ਉੱਦਾਂ ਹੀ ਰਹਿਣਾ। ਪਰ ਉਹਨਾਂ ਨੇ ਮੈਨੂੰ ਯਾਦ ਆ, ਮੈਨੂੰ ਕਾਲਜ ਜਾਣ ਤੋਂ ਪਹਿਲਾਂ ਵੀ ਕਈ ਗੱਲਾਂ ਸਮਝਾਈਆਂ ਸੀ ਜਿਹੜੀਆਂ ਇੱਕ ਫਰੈਂਡ ਫਰੈਂਡ ਨੂੰ ਦੱਸ ਸਕਦਾ, ਮਤਲਬ ਉਹ ਮੈਂ ਬੜਾ ਮੈਨੂੰ ਹੁਣ ਵੀ ਮੈਂ ਯਾਦ ਕਰਦਾ ਵੀ ਪਾਪਾ ਕਿੰਨੇ ਐਡਵਾਂਸ ਰਹੇ ਨੇ ਸ਼ੁਰੂ ਤੋਂ, ਹੈ ਨਾ। ਵੀ ਉਹਨਾਂ ਨੇ ਕੁੜੀਆਂ ਨੂੰ ਵੀ ਕਿਵੇਂ ਸਿਖਾਇਆ, ਕਿਵੇਂ ਸਮਝਾਇਆ, ਅਤੇ ਮੈਨੂੰ ਵੀ ਜਦੋਂ ਮੈਂ ਕਾਲਜ ਜਾਣਾ ਸੀ, ਮੇਰਾ ਜਦੋਂ ਮੈਂ ਫਸਟ ਈਅਰ ਦੇ ਵਿੱਚ ਉੱਥੇ ਦਾਖਲਾ ਕਰਾ ਕੇ ਆਇਆ ਸੀ, ਉਦੋਂ ਮੈਨੂੰ ਸਪੈਸ਼ਲ ਹਜੇ ਵੀ ਯਾਦ ਆ, ਸੀ ਮੋਟਰ 'ਤੇ ਬੈਠੇ ਸੀ, ਮੈਨੂੰ ਬਿਠਾ ਕੇ ਮੇਰੇ 'ਤੇ ਗੱਲਾਂ ਕੀਤੀਆਂ ਮੇਰੇ ਨਾਲ, ਕਹਿੰਦੇ ਵੀ ਹੁਣ ਤੂੰ ਉਹਦੇ ਵਿੱਚ ਚਲਿਆ ਗਿਆ, ਜਿਹੜੀ ਏਜ ਦੇ ਵਿੱਚ ਤੈਨੂੰ ਕੋਈ ਵੀ ਗੱਲ ਹੋਵੇ ਤੂੰ ਮੈਨੂੰ ਦੱਸਣੀ ਆ, ਅਤੇ ਮੈਂ ਤੈਨੂੰ ਆਹ ਗੱਲਾਂ ਦੱਸ ਰਿਹਾ, ਅਤੇ ਕਿਉਂਕਿ ਇਹ ਤੈਨੂੰ ਮੈਂ ਹੀ ਦੱਸ ਸਕਦਾ, ਹੈ ਨਾ। ਤੂੰ ਬਾਹਰੋਂ ਕਿਤੋਂ ਸੁਣੇਗਾ, ਸਿੱਖੇਗਾ, ਉਹ ਗਲਤ ਸਿੱਖ ਸਕਦਾ। ਇਹ ਚੀਜ਼ਾਂ ਇੱਦਾਂ ਹੁੰਦੀਆਂ, ਮੈਂ ਆਪਣੀ ਜਵਾਨੀ 'ਚ ਆਹ ਚੀਜ਼ਾਂ ਫੇਸ ਕੀਤੀਆਂ, ਤੈਨੂੰ ਆਹ ਚੀਜ਼ਾਂ ਫੇਸ ਕਰਨੀਆਂ ਪੈ ਸਕਦੀਆਂ, ਤੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਵੀ ਕਿਤੇ ਪਿੱਠ ਨਾ ਲੱਗੇ, ਬਸ ਨਾ ਤੇਰੀ ਨਾ ਸਾਡੀ। ਇਹ ਚੀਜ਼ਾਂ ਮਤਲਬ ਉਹਨਾਂ ਨੇ ਕਹੀਆਂ, ਪਰ ਉਹ ਬੜਾ ਵਧੀਆ ਸੀ, ਸੇਮ ਮਾਂ ਨਾਲ ਵੀ ਸੇਮ ਆ, ਹੈ ਨਾ, ਅਤੇ ਉਹਨਾਂ ਨਾਲ ਵੀ ਇੱਦਾਂ ਹੀ ਆ। ਪਰ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਵੀ ਰੋਜ਼ ਹੱਕ ਕਰਕੇ ਜਾਣਾ ਜਾਂ ਹੱਕ ਕਰਕੇ ਆਉਣਾ, ਹੈ ਨਾ, ਉਹ ਸ਼ਾਇਦ ਅਸੀਂ ਉਹ ਜਨਰੇਸ਼ਨ ਦੇ ਵਿੱਚੋਂ ਆ, ਹੈ ਨਾ, ਜਦੋਂ ਉਹ ਚੀਜ਼ਾਂ ਹੁੰਦੀਆਂ ਸੀ। ਹੁਣ ਮੈਂ ਕਹਿੰਦਾ ਵੀ ਨਵੇਂ ਹੋਰ ਲੱਕੀ ਨੇ, ਠੀਕ ਆ, ਜਿਹੜੇ ਨਵੇਂ ਨੇ ਨਾ, ਮਤਲਬ ਚਾਹੇ 2000 ਸਾਲ ਦੇ ਨੇੜੇ ਤੇੜੇ ਵਾਲੇ ਜਿੰਨੇ ਵੀ ਬੱਚੇ ਨੇ, ਉਹ ਇਹੋ ਜਿਹੇ ਮਾਹੌਲ ਦੇ ਵਿੱਚ ਆਏ ਆ, ਹਾਂਜੀ, ਉਹ ਮਤਲਬ ਉਹ ਉਹਨਾਂ ਲਈ ਇਹ ਰੂਟੀਨ ਆ, ਹੈ ਨਾ। ਅਤੇ ਮੈਂ ਕਹਿੰਦਾ ਉਹ ਲੱਕੀ ਨੇ ਸਾਡੇ ਨਾਲ ਜ਼ਿਆਦਾ, ਅਸੀਂ ਸ਼ਾਇਦ ਉਹ ਟਾਈਮ ਦੇ ਵਿੱਚ ਇੱਦਾਂ ਹੀ ਆ, ਅਸੀਂ ਉਹ ਬੰਨੇ ਜੇ ਰਹਿੰਦੇ ਹਾਂ, ਹੈ ਨਾ, ਮਤਲਬ ਉਹ ਚੀਜ਼ਾਂ ਨੂੰ ਲੈ ਕੇ ਉਨੇ ਜ਼ਿਆਦਾ ਨਹੀਂ ਉਹਨਾਂ ਨੂੰ ਕਰ ਸਕਦੇ। ਅਤੇ ਪਰ ਉਹਨਾਂ ਨੂੰ ਪਤਾ, ਮੈਨੂੰ ਪਤਾ ਵੀ ਜਿਹੜੀ ਉਹਨਾਂ ਦੀ ਜਗ੍ਹਾ ਉਹ ਹੈਗਾ, ਹੈ ਨਾ, ਅਤੇ ਜਿਹੜਾ ਫੀਲ ਆ